हाय, मैं रोहना। की तुसी मैनु दस सकते हो कि तुसी कंप्यूटर नाल किस तरह दी सेवा प्रदान करते हो? हाँ, क्यों नहीं। मैं गीता हाँ, ते जिवें कि तुसी वेख रहे हो, मेरे कोल इंटरनेट दी सहूलत नाल कंप्यूटर है। एदा इस्तेमाल करते हुए मैं तुहानू कई सेवावां देण विच मदद कर सकती हाँ, जिवें रेलवे टिकटां दी बुकिंग, कई तरह दीआं सूचनावां देना, बिजली अते मोबाइल फोन दे बिलां दी अदायगी, बैंकां दे लैण देण, पैन कार्ड, पासपोर्ट लई अर्जी देणी ते होर बहुत कुछ। वाकई एदा मतलब है कि साडे पिंड दे लोकां नूं इन्हां कम्मां लई इक शहर तों दूजे शहर तक जाण दी लोड़ नहीं? नहीं, कोई लोड़ नहीं। जे पिंड विच इंटरनेट दी सहूलत नाल कंप्यूटर है, तां पिंड दे लोकां नूं इस तरह दीआं सेवावां लई शहर जाण दी लोड़ नहीं। वाह, ये तां बड़ा वधिया है। ये तां बड़ा उत्तेजित करन वाला है। ये पक्का है कि जदों पिंड दे लोकी इस बारे सुनणगे तां ओह वी उत्तेजित होणगे जिवें हुण मैं आ। क्यों नहीं, तुहानूं इह गल उहनां नाल सांझी करनी चाहीदी है। हाय, मेरा नाम राम प्रसाद है। ਤੁਸੀਂ ਕਿਸ ਤਰ੍ਹਾਂ ਦੀਆਂ ਆਨਲਾਈਨ ਸੇਵਾਵਾਂ ਦੇ ਸਕਦੇ ਹੋ? ਕੀ ਤੁਸੀਂ ਮੈਨੂੰ ਸ਼ਹਿਰ ਜਾਏ ਬਗੈਰ ਪਿੰਡ ਵਿੱਚ ਹੀ ਬਿਜਲੀ ਦੇ ਬਿੱਲ ਭਰਨ ਵਿੱਚ ਮੇਰੀ ਮਦਦ ਕਰ ਸਕਦੇ ਹੋ? ਮੈਨੂੰ ਹਮੇਸ਼ਾ ਇੰਨੀ ਦੂਰ ਜਾ ਕੇ ਬਿੱਲ ਭਰਨ ਵਿੱਚ ਬਹੁਤ ਸਮਾਂ ਖਰਾਬ ਕਰਨਾ ਪੈਂਦਾ ਹੈ। ਹਾਂ ਬਿਲਕੁਲ, ਤੁਸੀਂ ਦੂਰ ਜਾਏ ਬਗੈਰ ਇੱਥੋਂ ਪਿੰਡ ਤੋਂ ਹੀ ਆਪਣੇ ਬਿਜਲੀ ਦੇ ਬਿੱਲ ਆਪੇ ਭਰ ਸਕਦੇ ਹੋ। ਕਿਸ ਤਰ੍ਹਾਂ ਹੈ? ਇਹ ਤਾਂ ਬੜਾ ਮਦਦਕਾਰੀ ਹੋਏਗਾ। ਕੀ ਤੁਸੀਂ ਕੰਪਿਊਟਰ ਤੇ ਫਸਲਾਂ ਦੇ ਅੱਜ ਦੇ ਬਾਜ਼ਾਰ ਮੁੱਲ ਦੀ ਸੂਚਨਾ ਵੀ ਦੇ ਸਕਦੇ ਹੋ? ਹਾਂ ਕਿਉਂ ਨਹੀਂ, ਇੰਟਰਨੈਟ ਨੂੰ ਕੰਪਿਊਟਰ ਨਾਲ ਜੋੜ ਕੇ ਮੈਂ ਤੁਹਾਨੂੰ ਫਸਲਾਂ ਦੇ ਬਾਜ਼ਾਰ ਮੁੱਲ ਦੀਆਂ ਸਾਰੀਆਂ ਸੂਚਨਾਵਾਂ ਦੇ ਸਕਦੀ ਹਾਂ। ਇਹ ਤਾਂ ਬੜਾ ਹੈਰਾਨ ਕਰਨ ਵਾਲਾ ਹੈ। ਕੀ ਅਸੀਂ ਆਪੇ ਹੀ ਪਿੰਡ ਵਿੱਚ ਇਹ ਸਾਰੀਆਂ ਸੇਵਾਵਾਂ ਲੈ ਸਕਦੇ ਹਾਂ? ਹਾਂ, ਤੁਸੀਂ ਇੰਟਰਨੈਟ ਕਨੈਕਸ਼ਨ ਨਾਲ ਪਿੰਡ ਵਿੱਚ ਆਪੇ ਹੀ ਸਾਰੀਆਂ ਸੂਚਨਾਵਾਂ ਲੈ ਸਕਦੇ ਹੋ। मैं सुनिया है कि आजकल मोबाइल फोना विच इंटरनेट उपलब्ध है, की सच्चे? हाँ रोहन, सिर्फ मोबाइल फोना विच ही नहीं, आजकल कई लोग टैबलेट अते स्मार्ट फोना विच इंटरनेट जोड़ के कई मकसदां लई इस्तेमाल करदे हन। ਇਹ ਤਾਂ ਬਹੁਤ ਚੰਗਾ ਹੈ। ਕੀ ਤੁਸੀਂ ਮੈਨੂੰ ਕੰਪਿਊਟਰ, ਮੋਬਾਈਲ ਫੋਨ ਅਤੇ ਟੈਬਲੇਟ ਬਾਰੇ ਹੋਰ ਜ਼ਿਆਦਾ ਪੜ੍ਹਾ ਸਕਦੇ ਹੋ? ਜ਼ਰੂਰ ਰੋਹਨ, ਤੁਸੀਂ ਕਿਰਪਾ ਕਰਕੇ ਬੈਠ ਜਾਓ ਅਤੇ ਮੈਂ ਤੁਹਾਨੂੰ ਕੰਪਿਊਟਰ, ਸਮਾਰਟਫੋਨਸ ਅਤੇ ਮੋਬਾਈਲ ਫੋਨਾਂ ਬਾਰੇ ਵਧੇਰੇ ਦੱਸਦੀ ਹਾਂ। ਸਭ ਤੋਂ ਪਹਿਲਾਂ ਅਸੀਂ ਪੜ੍ਹਾਂਗੇ ਕਿ ਕੰਪਿਊਟਰ ਕੀ ਹੈ। ਕੰਪਿਊਟਰ ਇੱਕ ਬਿਜਲੀ ਨਾਲ ਚੱਲਣ ਵਾਲਾ ਯੰਤਰ ਹੈ ਜਿਸ ਨੂੰ ਡਾਟਾ ਅਤੇ ਸੂਚਨਾਵਾਂ ਸੰਜੋਅ ਕੇ ਰੱਖਣ ਲਈ ਇਸਤੇਮਾਲ ਕੀਤਾ ਜਾਂਦਾ ਹੈ। ਅਸੀਂ ਕੰਪਿਊਟਰ ਨਾਲ ਕੀ ਕੀ ਕਰ ਸਕਦੇ ਹਾਂ? ਕੰਪਿਊਟਰ ਦੇ ਜ਼ਰੀਏ ਤੁਸੀਂ ਮੀਲਾਂ ਦੂਰ ਰਹਿੰਦੇ ਆਪਣੇ ਪਰਿਵਾਰ ਅਤੇ ਮਿੱਤਰਾਂ ਨਾਲ ਜੁੜ ਸਕਦੇ ਹੋ, ਸੂਚਨਾਵਾਂ ਰੱਖ ਸਕਦੇ ਹੋ, ਰੇਲ ਦੀਆਂ ਟਿਕਟਾਂ ਬੁੱਕ ਕਰ ਸਕਦੇ ਹੋ, ਬੈਂਕ ਦੇ ਖਾਤੇ ਵੇਖ ਸਕਦੇ ਹੋ, ਖੇਡਾਂ ਖੇਡ ਸਕਦੇ ਹੋ, ਸੰਗੀਤ ਸੁਣ ਸਕਦੇ ਹੋ ਅਤੇ ਫਿਲਮਾਂ ਵੇਖ ਸਕਦੇ ਹੋ। ਹੁਣ ਕੰਪਿਊਟਰ ਦੇ ਵੱਖ ਵੱਖ ਹਿੱਸਿਆਂ ਅਤੇ ਇਹਨਾਂ ਦੀ ਵਰਤੋਂ ਬਾਰੇ ਜਾਣਦੇ ਹਾਂ। ਕੰਪਿਊਟਰ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੈ, ਹਾਰਡਵੇਅਰ ਅਤੇ ਸੌਫਟਵੇਅਰ। ਕੰਪਿਊਟਰ ਅਤੇ ਇਸ ਯੰਤਰ ਨਾਲ ਜੁੜੇ ਸਾਰੇ ਹਿੱਸੇ ਹਾਰਡਵੇਅਰ ਕਹਾਉਂਦੇ ਹਨ। ਸੌਫਟਵੇਅਰ ਨਿਰਦੇਸ਼ਾਂ ਦਾ ਸੈੱਟ ਹੈ, ਕੰਪਿਊਟਰ ਕੰਮ ਕਰਦੇ ਹੋਏ ਇਹਨਾਂ ਦੀ ਪਾਲਣਾ ਕਰਦਾ ਹੈ। ਤੁਹਾਡਾ ਮਤਲਬ ਹੈ ਉਹ ਸਾਰੇ ਆਈਕੋਨ ਜਿਹੜੇ ਸਕਰੀਨ ਉੱਤੇ ਦਿਸਦੇ ਨੇ ਸੌਫਟਵੇਅਰ ਨੇ? ਹਾਂ ਰੋਹਨ, ਕੰਪਿਊਟਰ ਵਿੱਚ ਸੌਫਟਵੇਅਰ ਇੱਕ ਪ੍ਰੋਗਰਾਮ ਹੈ ਜਿਸ ਨੂੰ ਅਸੀਂ ਕਈ ਕੰਮਾਂ ਵਿੱਚ ਇਸਤੇਮਾਲ ਕਰ ਸਕਦੇ ਹਾਂ। ਆਓ ਹੁਣ ਵੱਖ-ਵੱਖ ਹਿੱਸਿਆਂ ਬਾਰੇ ਜਾਣੀਏ ਜਿਨ੍ਹਾਂ ਨਾਲ ਕੰਪਿਊਟਰ ਬਣਦਾ ਹੈ। ਕੰਪਿਊਟਰ ਦੇ ਅੰਦਰ ਤਿੰਨ ਵੱਖ-ਵੱਖ ਤਰ੍ਹਾਂ ਦੇ ਹਿੱਸੇ ਨੇ, ਨਿਵੇਸ਼ ਹਿੱਸਾ, ਕੰਮ ਹੋਣ ਦੀ ਕਿਰਿਆ ਤੇ ਨਿਰਗਤ ਹਿੱਸਾ। ਜਿਵੇਂ ਇੱਕ ਟਰੈਕਟਰ ਨੂੰ ਚਲਾਉਣ ਲਈ ਡੀਜ਼ਲ ਅਤੇ ਪੈਟਰੋਲ ਦੀ ਲੋੜ ਹੁੰਦੀ ਹੈ, ਉਸੇ ਤਰ੍ਹਾਂ ਕੰਪਿਊਟਰ ਨੂੰ ਆਪਣੇ ਸਾਰੇ ਕੰਮ ਕਰਨ ਲਈ ਡਾਟਾ ਪਾਉਣ, ਨਿਰਦੇਸ਼ਾਂ ਅਤੇ ਸੂਚਨਾਵਾਂ ਦੇ ਤਰੀਕਿਆਂ ਦੀ ਲੋੜ ਹੁੰਦੀ ਹੈ। ਉਹ ਤਰੀਕੇ ਜਿਨ੍ਹਾਂ ਦੇ ਇਸਤੇਮਾਲ ਨਾਲ ਕੰਪਿਊਟਰ ਵਿੱਚ ਡਾਟਾ, ਨਿਰਦੇਸ਼ ਅਤੇ ਸੂਚਨਾਵਾਂ ਪਾਉਂਦੇ ਹਨ, ਉਹ ਨਿਵੇਸ਼ ਦੇ ਤਰੀਕੇ ਕਹਾਉਂਦੇ ਹਨ। ਇਹ ਤਸਵੀਰਾਂ ਵੇਖੋ, ਇਹ ਨਿਵੇਸ਼ ਦੇ ਕੁਝ ਤਰੀਕੇ ਹਨ
ਜਿਹੜੇ ਤੁਸੀਂ ਕੰਪਿਊਟਰ ਨਾਲ ਇਸਤੇਮਾਲ ਕਰਦੇ ਹੋ। ਇਹ ਨਿਵੇਸ਼ ਦੇ ਤਰੀਕੇ ਹਨ ਪੈਨ ਡਰਾਈਵ, ਮਾਊਸ, ਕੀਬੋਰਡ, ਸੀਡੀ ਅਤੇ ਮਾਈਕ੍ਰੋਫੋਨ। ਕੀਬੋਰਡ ਅਤੇ ਮਾਊਸ ਮੁੱਢਲੇ ਨਿਵੇਸ਼ ਦੇ ਤਰੀਕੇ ਹਨ। ਇਹ ਇੱਕ ਆਮ ਟਾਈਪਰਾਈਟਰ ਦੇ ਕੀਬੋਰਡ ਵਾਂਗੂ ਦਿਸਦਾ ਹੈ, ਸਿਰਫ ਇਸ ਵਿੱਚ ਥੋੜੀਆਂ ਜਿਹੀਆਂ ਕੀਜ਼ ਹੋਰ ਹਨ। ਹਾਂ, ਸਾਧਾਰਨ ਕੀਜ਼ ਤੋਂ ਅਲਾਵਾ ਇਸ ਦਾ ਨੰਬਰ ਵਾਲਾ ਕੀਪੈਡ ਹੈ ਅਤੇ ਕੁਝ ਖਾਸ ਕੀਜ਼ ਹਨ। ਕੀ ਤੁਸੀਂ ਦੱਸ ਸਕਦੇ ਹੋ ਕਿ ਉਹ ਖਾਸ ਕੀਜ਼ ਕਿਸ ਵਾਸਤੇ ਹਨ? ਨੰਬਰ ਵਾਲਾ ਕੀਪੈਡ ਸਾਨੂੰ ਨੰਬਰ ਦਾਖਲ ਕਰਨ ਵਿੱਚ ਮਦਦ ਕਰਦਾ ਹੈ। ਇਸ ਦਾ ਕੈਲਕੂਲੇਟਰ ਵਰਗਾ ਕੀਪੈਡ ਹੈ। ਨੇਵੀਗੇਸ਼ਨ ਕੀਜ਼ ਮਾਰਗ ਦਰਸ਼ਕ ਬਟਨ ਹੁੰਦੀਆਂ ਹਨ ਜੋ ਮੋਨੀਟਰ ਤੇ ਪੰਨਾ ਵੇਖਣ ਵਿੱਚ ਤੁਹਾਡੀ ਮਦਦ ਕਰਦੀਆਂ ਹਨ। ਪੇਜਅਪ ਕੀ ਕਰਸਰ ਨੂੰ ਚਲਾਉਂਦੀ ਹੈ ਅਤੇ ਸਕਰੀਨ ਤੇ ਪੰਨਿਆਂ ਨੂੰ ਉੱਪਰ ਥੱਲੇ ਕਰਕੇ ਵਿਖਾਉਂਦੀ ਹੈ। ਪੇਜ ਡਾਊਨ ਕੀ ਕਰਸਰ ਨੂੰ ਚਲਾ ਕੇ ਹੇਠਾਂ ਦੇ ਪ੍ਰੋਗਰਾਮਾਂ ਨੂੰ ਸਕਰੀਨ ਤੇ ਵਿਖਾਉਂਦੀ ਹੈ। ਹੋਮ ਕੀ ਕਰਸਰ ਨੂੰ ਚਲਾ ਕੇ ਦਸਤਾਵੇਜ਼ ਦੀ ਸ਼ੁਰੂਆਤ ਕਰਦੀ ਹੈ। ਐਂਡ ਕੀ ਕਰਸਰ ਨੂੰ ਚਲਾ ਕੇ ਪ੍ਰੋਗਰਾਮ ਦੀ ਆਖਰੀ ਲਾਈਨ ਵਿਖਾਉਂਦੀ ਹੈ। ਇਹ ਤਿੰਨੋਂ ਕੀਜ਼ ਐਡੀਟਿੰਗ ਕੀਜ਼ ਕਹਾਉਂਦੀਆਂ ਹਨ। ਇਹ ਕੰਪਿਊਟਰ ਉੱਤੇ ਪ੍ਰੋਗਰਾਮ ਸੰਪਾਦਨ ਕਰਨ ਵਿੱਚ ਮਦਦ ਕਰਦੀਆਂ ਹਨ। ਇਨਸਰਟ ਬਟਨ ਕੰਪਿਊਟਰ ਵਿੱਚ ਪਏ ਮੂਲ ਪਾਠ ਨੂੰ ਸੁਧਾਰ ਕਰਨ ਲਈ ਇਸ ਪਾਠ ਨੂੰ ਸੰਪਾਦਨ ਦੇ ਪ੍ਰੋਗਰਾਮ ਵਿੱਚ ਪਾਉਂਦਾ ਹੈ। ਪਾਠ ਸੰਪਾਦਨ ਪ੍ਰੋਗਰਾਮ ਵਿੱਚ ਡਿਲੀਟ ਬਟਨ ਸੱਜੇ ਪਾਸੇ ਪਾਠ ਦੇ ਕਿਸੇ ਇੱਕ ਸ਼ਬਦ ਨੂੰ ਮਿਟਾਉਂਦਾ ਹੈ। ਪਾਠ ਸੰਪਾਦਨ ਪ੍ਰੋਗਰਾਮ ਵਿੱਚ ਬੈਕ ਸਪੇਸ ਬਟਨ ਖੱਬੇ ਪਾਸੇ ਪਾਠ ਦੇ ਕਿਸੇ ਇੱਕ ਅੱਖਰ ਨੂੰ ਮਿਟਾਉਂਦਾ ਹੈ। ਇਹ ਚਾਰ ਤੀਰ ਵਾਲੀਆਂ ਕੀਜ਼ ਕਿਸ ਕੰਮ ਆਉਂਦੀਆਂ ਹਨ? ਇਹ ਚਾਰ ਤੀਰ ਵਾਲੀਆਂ ਕੀਜ਼ ਦਿਸ਼ਾ ਵਿਖਾਉਣ ਵਾਲੀਆਂ ਕੀਜ਼ ਹਨ। ਅਪ ਤੀਰ ਕਰਸਰ ਨੂੰ ਸੰਪਾਦਨ ਪ੍ਰੋਗਰਾਮ ਵਿੱਚ ਉੱਤੇ ਕਰ ਦਿੰਦਾ ਹੈ। ਡਾਊਨ ਤੀਰ ਕਰਸਰ ਨੂੰ ਸੰਪਾਦਨ ਪ੍ਰੋਗਰਾਮ ਵਿੱਚ ਹੇਠਾਂ ਕਰ ਦਿੰਦਾ ਹੈ। ਖੱਬਾ ਤੀਰ ਕਰਸਰ ਨੂੰ ਸੰਪਾਦਨ ਪ੍ਰੋਗਰਾਮ ਵਿੱਚ ਖੱਬੇ ਪਾਸੇ ਕਰ ਦਿੰਦਾ ਹੈ ਤੇ ਸੱਜਾ ਤੀਰ ਕਰਸਰ ਨੂੰ ਸੰਪਾਦਨ ਪ੍ਰੋਗਰਾਮ ਵਿੱਚ ਸੱਜੇ ਪਾਸੇ ਕਰ ਦਿੰਦਾ ਹੈ। ਕੀ ਤੁਸੀਂ F1 ਤੋਂ ਐਡ 12 ਤਾਈਂ ਕੀਜ਼ ਵੇਖ ਰਹੇ ਹੋ? ਇਹਨਾਂ ਨੂੰ ਕਾਰਜਕਾਰੀ ਕੀਜ਼ ਕਹਿੰਦੇ ਹਨ। ਇਹ ਕੀਜ਼ ਵਿਸ਼ੇਸ਼ ਪ੍ਰੋਗਰਾਮ ਵੇਲੇ ਕੰਮ ਕਰਦੀਆਂ ਹਨ। ਇਹ ਪ੍ਰੋਗਰਾਮ ਦੇ ਕੁਸ਼ਲ ਹੋਣ ਉੱਤੇ ਨਿਰਭਰ ਕਰਦਾ ਹੈ। ਐਸਕੇਪ ਕੀ ਜ਼ਿਆਦਾਤਰ ਮੌਜੂਦਾ ਪ੍ਰਕਿਰਿਆ ਵਿੱਚ ਅਣਚਾਹੇ ਵਾਲੇ ਪ੍ਰੋਗਰਾਮਾਂ ਨੂੰ ਬਾਹਰ ਕੱਢ ਦਿੰਦਾ ਹੈ। ਕੰਟਰੋਲ ਅਤੇ ਆਲਟਰਨੇਟ ਕੀਜ਼ ਕਿਸੇ ਚੀਜ਼ ਨੂੰ ਬਦਲਣ ਜਾਂ ਵਧਾਉਣ ਦਾ ਕੰਮ ਕਰਦੀਆਂ ਹਨ ਅਤੇ ਜ਼ਿਆਦਾਤਰ ਕੰਮਾਂ ਵਿੱਚ ਮਾਊਸ ਕੰਮ ਕਰਦਾ ਹੈ। ਵਿੰਡੋਜ਼ ਕੀਜ਼ ਵਿੰਡੋਜ਼ ਸਟਾਰਟ ਮੈਨਿਊ ਨੂੰ ਚਾਲੂ ਕਰਦੀ ਹੈ। ਇਹ ਟਾਸਕ ਬਾਰ ਤੇ ਸਟਾਰਟ ਬਟਨ ਉੱਤੇ ਕਲਿੱਕ ਕਰਨ ਵਾਂਗੂ ਹੀ ਹੈ। ਅਸੀਂ ਕੀਬੋਰਡ ਦੀਆਂ ਵੱਖ ਵੱਖ ਕੀਜ਼ ਬਾਰੇ ਸਿੱਖਿਆ, ਹੁਣ ਮਾਊਸ ਬਾਰੇ ਸਿੱਖਦੇ ਹਾਂ। ਮਾਊਸ ਇੱਕ ਬਿੰਦੂ ਲਾਉਣ ਵਾਲਾ ਤਰੀਕਾ ਹੈ। ਇਹ ਕੰਪਿਊਟਰ ਦੀ ਸਕਰੀਨ ਉੱਪਰ ਬਿੰਦੂ ਲਗਾਉਣ ਅਤੇ ਕ੍ਰਿਆ ਕਰਨ ਦਾ ਕੰਮ ਕਰਦਾ ਹੈ। ਜਿਵੇਂ ਹੀ ਮਾਊਸ ਹਿਲਦਾ ਹੈ, ਤੁਸੀਂ ਵੇਖੋਗੇ ਕਿ ਸਕਰੀਨ ਉੱਤੇ ਇੱਕ ਨਿੱਕਾ ਜਿਹਾ ਤੀਰ ਬਣਿਆ ਆਉਂਦਾ ਹੈ। ਜਿਸ ਦਿਸ਼ਾ ਵਿੱਚ ਤੁਸੀਂ ਮਾਊਸ ਨੂੰ ਹਿਲਾਓਗੇ, ਤੀਰ ਉਸੇ ਦਿਸ਼ਾ ਵਿੱਚ ਹੋ ਜਾਏਗਾ। ਇਸ ਤੀਰ ਨੂੰ ਪੁਆਇੰਟਰ ਕਹਿੰਦੇ ਹਨ। ਇਹ ਪੁਆਇੰਟਰ ਕੰਪਿਊਟਰ ਨੂੰ ਪ੍ਰਕਿਰਿਆ ਲਈ ਡਾਟਾ ਤੇ ਨਿਰਦੇਸ਼ ਪ੍ਰਦਾਨ ਕਰਦਾ ਹੈ। ਮਾਊਸ ਦੇ 2 ਬਟਨ ਹਨ, ਖੱਬਾ ਅਤੇ ਸੱਜਾ। ਇਹਨਾਂ 2 ਬਟਨਾਂ ਦੇ ਵਿਚਕਾਰ ਸਕਰੋਲ ਪਈਆ ਹੁੰਦਾ ਹੈ, ਜਿਹੜਾ ਦਸਤਾਵੇਜ਼ਾਂ ਅਤੇ ਵੈਬ ਪੇਜਾਂ ਦੇ ਵਿਚਕਾਰ ਚੱਲਣ ਵਿੱਚ ਤੁਹਾਡੀ ਮਦਦ ਕਰਦਾ ਹੈ। ਇਹ ਕੁਝ ਕੰਮ ਹਨ ਜਿਹੜੇ ਮਾਊਸ ਕਰਦਾ ਹੈ। ਖੱਬੇ ਪਾਸੇ ਦੇ ਬਟਨ ਉੱਤੇ ਕਲਿੱਕ ਕਰੋ ਤਾਂ ਨਿਰਧਾਰਤ ਪ੍ਰੋਗਰਾਮ ਚੁਣ ਕੇ ਸਕਰੀਨ ਤੇ ਆ ਜਾਂਦੇ ਹਨ। ਮਾਊਸ ਦੇ ਖੱਬੇ ਬਟਨ ਉੱਤੇ 2 ਵਾਰੀ ਛੇਤੀ ਛੇਤੀ ਕਲਿੱਕ ਕਰੋ ਤਾਂ ਤੁਹਾਡਾ ਚੋਣ ਕੀਤਾ ਪ੍ਰੋਗਰਾਮ ਨਿਕਲ ਆਏਗਾ। ਮਾਊਸ ਦੇ ਸੱਜੇ ਬਟਨ ਨੂੰ
ਕਲਿੱਕ ਕਰਨ ਤੇ ਇੰਡੈਕਸ ਮੈਨਿਊ ਖੁੱਲ ਜਾਏਗਾ। ਸਕਰੋਲ ਪਈਆ ਸਾਨੂੰ ਸਕਰੀਨ ਅਤੇ ਪੰਨੇ ਨੂੰ ਉੱਤੇ ਥੱਲੇ ਲੈ ਜਾਣ 'ਚ ਮਦਦ ਕਰਦਾ ਹੈ। ਪਿਸਾਈ ਮਿਲਾਂ 'ਚ ਮਸ਼ੀਨਾਂ ਭੂਸੇ ਨੂੰ ਅਨਾਜ ਦੇ ਦਾਣਿਆਂ ਤੋਂ ਵੱਖ ਕਰਨ ਜਾਂ ਅਨਾਜ ਨੂੰ ਪੀਸਣ ਦਾ ਕੰਮ ਕਰਦੀਆਂ ਹਨ। ਉਸੇ ਤਰ੍ਹਾਂ ਡਿਵਾਈਸਿਸ ਦਸਤਾਵੇਜ਼ਾਂ ਤੇ ਸੂਚਨਾਵਾਂ ਨੂੰ ਭੰਡਾਰ ਕਰਕੇ ਰੱਖਣ ਦਾ ਕੰਮ ਕਰਦੇ ਹਨ। ਪ੍ਰੋਸੈਸਿੰਗ ਤਰੀਕੇ ਕਹਾਂਦੇ ਹਨ। CPU ਯਾਨੀ ਕੰਪਿਊਟਰ ਪ੍ਰੋਸੈਸਰ ਦੁਆਰਾ ਸੂਚਨਾ ਕਿਰਿਆਨਵਿਤ ਹੁੰਦੀ ਹੈ ਤੇ ਫਿਰ RAM ਯਾਨੀ ਕੰਪਿਊਟਰ ਮੈਮੋਰੀ ਵਿੱਚ ਸੂਚਨਾ ਸੁਰੱਖਿਅਤ ਰਹਿੰਦੀ ਹੈ। ਬਿਲਕੁਲ ਥਰੈਸ਼ਰ ਵਾਂਗੂ ਜਿਹੜਾ ਅਨਾਜ ਨੂੰ ਭੂਸੇ ਤੋਂ ਵੱਖ ਕਰ ਦਿੰਦਾ ਹੈ, ਇਹ ਇੱਕ ਨਿਰਗਤ ਮਸ਼ੀਨ ਹੈ। ਇਸੇ ਤਰ੍ਹਾਂ ਜਿਹੜਾ ਯੰਤਰ ਅਸੀਂ ਕੰਪਿਊਟਰ ਤੇ ਨਤੀਜੇ ਵਿਖਾਉਣ ਲਈ ਇਸਤੇਮਾਲ ਕਰਦੇ ਹਾਂ, ਉਹ ਨਿਰਗਤ ਯੰਤਰ ਹੈ। ਮੋਨੀਟਰ ਬੜਾ ਹੀ ਆਮ ਨਿਰਗਤ ਤਰੀਕਾ ਹੈ। ਮੋਨੀਟਰ ਇੱਕ ਸਕਰੀਨ ਹੈ ਜਿਹੜੀ ਨਿਰਗਤ ਨੂੰ ਸਕਰੀਨ ਉੱਤੇ ਵਿਖਾਉਂਦੀ ਹੈ, ਜਿਵੇਂ ਅੱਖਰ, ਨੰਬਰ ਅਤੇ ਗ੍ਰਾਫਿਕਸ। ਮੋਨੀਟਰ ਦੋ ਤਰ੍ਹਾਂ ਦੇ ਹੁੰਦੇ ਹਨ, ਕੈਥੋਡ ਰੇ ਟਿਊਬ CRT ਅਤੇ ਫਲੈਟ ਪੈਨਲ ਡਿਸਪਲੇਸ। ਪ੍ਰਿੰਟਰ ਕੰਪਿਊਟਰ ਤੋਂ ਕਿਰਿਆਨਵਿਤ ਕੀਤਾ ਡਾਟਾ ਲੈਂਦਾ ਹੈ, ਇਸ ਨੂੰ ਸਾਫਟ ਕਾਪੀ ਕਹਿੰਦੇ ਹਨ ਅਤੇ ਇਸੇ ਤੋਂ ਇਹੋ ਜਿਹੀ ਹਾਰਡ ਕਾਪੀ ਕੱਢ ਦਿੰਦਾ ਹੈ। ਸਾਫਟ ਕਾਪੀ ਇੱਕ ਤਸਵੀਰ ਜਾਂ ਸੰਦਰਭ ਫਾਈਲ ਹੈ ਜਿਹੜੀ ਕੰਪਿਊਟਰ ਤੇ ਦਿਸਦੀ ਹੈ ਅਤੇ ਹਾਰਡ ਕਾਪੀ ਇਸੇ ਦਾ ਪ੍ਰਿੰਟ ਰੂਪ ਹੈ। ਪ੍ਰਿੰਟਰ ਤਿੰਨ ਤਰ੍ਹਾਂ ਦੇ ਹੁੰਦੇ ਨੇ, ਇੰਕਜੈੱਟ ਪ੍ਰਿੰਟਰ, ਲੇਜ਼ਰ ਪ੍ਰਿੰਟਰ ਅਤੇ ਡਾਟ ਮੈਟ੍ਰਿਕਸ ਪ੍ਰਿੰਟਰ। ਸਪੀਕਰ ਇੱਕ ਨਿਰਗਤ ਤਰੀਕਾ ਹੈ ਜਿਸ ਦੇ ਜ਼ਰੀਏ ਅਸੀਂ ਆਵਾਜ਼ ਸੁਣਦੇ ਹਾਂ। ਸਪੀਕਰ ਤੋਂ ਬਗੈਰ ਤੁਸੀਂ ਸੰਗੀਤ ਜਾਂ ਕੋਈ ਹੋਰ ਆਵਾਜ਼ ਆਦਿ ਨਹੀਂ ਸੁਣ ਸਕਦੇ। ਹੈੱਡਫੋਨ ਕੰਪਿਊਟਰ ਤੋਂ ਨਿਰਗਤ ਆਵਾਜ਼ ਦਿੰਦਾ ਹੈ, ਇਹ ਸਪੀਕਰ ਵਾਂਗੂ ਹਨ। ਫਰਕ ਇਹ ਹੈ ਕਿ ਇਹਨੂੰ ਕੰਨਾਂ ਦੇ ਉੱਤੋਂ ਦੀ ਪਾਉਣਾ ਪੈਂਦਾ ਹੈ ਤਾਂ ਤੁਸੀਂ ਕੋਈ ਆਵਾਜ਼ ਸੁਣ ਸਕਦੇ ਹੋ। ਪ੍ਰੋਜੈਕਟਰ ਇੱਕ ਨਿਰਗਤ ਯੰਤਰ ਹੈ ਜਿਸ ਨਾਲ ਕੋਈ ਸੰਦਰਭ ਜਾਂ ਤਸਵੀਰ ਫਲੈਟ ਸਕਰੀਨ ਉੱਤੇ ਵਿਖਾਈ ਦਿੰਦੀ ਹੈ। ਪ੍ਰੋਜੈਕਟਰ ਅਕਸਰ ਮੀਟਿੰਗਾਂ ਵਿੱਚ ਜਾਂ ਪੇਸ਼ਕਸ਼ ਕਰਨ ਵਿੱਚ ਇਸਤੇਮਾਲ ਹੁੰਦੇ ਹਨ। ਇਸ ਵਿੱਚ ਸਕਰੀਨ ਉੱਤੇ ਬਹੁਤ ਸਾਰੇ ਲੋਕੀ ਇਕੱਠੇ ਵੇਖ ਸਕਦੇ ਹਨ। ਅਸੀਂ ਵੱਖ ਵੱਖ ਤਰ੍ਹਾਂ ਦੇ ਨਿਵੇਸ਼, ਪ੍ਰਕਿਰਿਆ ਅਤੇ ਨਿਰਗਤ ਯੰਤਰ ਸਿੱਖੇ। ਚਲੋ ਖੇਡ ਕਿਰਿਆ ਵਿੱਚ ਹਿੱਸਾ ਲੈਂਦੇ। ਦੀਦੀ, ਕੰਪਿਊਟਰ ਡਾਟਾ ਨੂੰ ਕਿੱਥੇ ਸੰਜੋਅ ਕੇ ਰੱਖਦਾ ਹੈ? ਜਿਵੇਂ ਤੁਹਾਡਾ ਦਿਮਾਗ ਕਈ ਤਰ੍ਹਾਂ ਦੀਆਂ ਖਾਸ ਚੀਜ਼ਾਂ ਸੰਜੋਅ ਕੇ ਰੱਖਦਾ ਹੈ, ਇਸੇ ਤਰ੍ਹਾਂ ਕੰਪਿਊਟਰ ਡਾਟਾ ਸੰਜੋਅ ਕੇ ਰੱਖਦਾ ਹੈ, ਜਿਸ ਨੂੰ ਕੰਪਿਊਟਰ ਮੈਮੋਰੀ ਕਹਿੰਦੇ ਹਨ। ਕੰਪਿਊਟਰ ਕੋਲ ਦੋ ਤਰ੍ਹਾਂ ਦੀ ਮੈਮੋਰੀ ਹੈ, ਮੁੱਢਲੀ ਜਾਂ ਮੁੱਖ ਮੈਮੋਰੀ ਅਤੇ ਦੂਜੇ ਦਰਜੇ ਦੀ ਮੈਮੋਰੀ। ਮੁੱਖ ਮੁੱਢਲੀ ਮੈਮੋਰੀ ਬੜੀ ਤੇਜ਼ ਹੈ, ਇਹ RAM ਕਹਾਂਦੀ ਹੈ, ਜਿਸ ਦਾ ਮਤਲਬ ਹੈ ਰੈਂਡਮ ਐਸੈਸ ਮੈਮੋਰੀ ਜਾਂ RAM। ਕੰਪਿਊਟਰ ਦੀ ਸਪੀਡ RAM ਉੱਤੇ ਨਿਰਭਰ ਕਰਦੀ ਹੈ। ਡਾਟਾ ਅਤੇ ਨਿਰਦੇਸ਼ ਮੁੱਖ ਮੈਮੋਰੀ ਵਿੱਚ ਰੱਖੇ ਰਹਿੰਦੇ ਹਨ, ਜਿੱਥੋਂ ਇਹਨਾਂ ਨੂੰ ਪ੍ਰਕਿਰਿਆ ਦੇ ਨਤੀਜੇ ਵਾਸਤੇ ਸੈਂਟਰਲ ਪ੍ਰੋਸੈਸਿੰਗ ਯੂਨਿਟ ਜਾਂ CPU ਤੋਂ ਦੁਬਾਰਾ ਪ੍ਰਾਪਤ ਕਰ ਸਕਦੇ ਹਾਂ। RAM ਉਹ ਮੈਮੋਰੀ ਹੈ ਜਿਸ ਦੇ ਵਿੱਚ ਸਾਰੇ ਪ੍ਰੋਗਰਾਮ ਰੱਖੇ ਜਾਂਦੇ ਹਨ। ਕੰਪਿਊਟਰ ਦੀ ਚਾਲ RAM ਉੱਤੇ ਨਿਰਭਰ ਕਰਦੀ ਹੈ। ਕੈਚੇ ਮੈਮੋਰੀ ਇੱਕ ਮੈਮੋਰੀ ਹੈ ਜਿਹੜੀ RAM ਦਾ ਹਿੱਸਾ ਹੈ ਅਤੇ ਉਹ ਪ੍ਰੋਸੈਸਰ ਦੇ ਬਹੁਤ ਨੇੜੇ ਹੈ। ਇਹ ਪ੍ਰਕਿਰਿਆ ਦੀ ਚਾਲ ਸੁਧਾਰਨ ਲਈ ਇਸਤੇਮਾਲ ਕਰਦੇ ਹਨ। ਮੁੱਢਲੀ ਮੈਮੋਰੀ ਵਿੱਚ ਜਗ੍ਹਾ ਥੋੜੀ ਹੁੰਦੀ ਹੈ, ਇਸ ਲਈ ਬਹੁਤ ਸਾਰੇ ਡਾਟਾ ਨੂੰ ਰੱਖਣ ਲਈ ਅਸੀਂ ਦੂਜੇ ਦਰਜੇ ਦੀ ਮੈਮੋਰੀ ਇਸਤੇਮਾਲ ਕਰਦੇ ਹਾਂ। ਕੋਈ ਵੀ ਡਾਟਾ ਜਾਂ ਪ੍ਰੋਗਰਾਮ ਜਿਹੜਾ ਦੂਜੇ ਦਰਜੇ ਦੀ ਮੈਮੋਰੀ ਵਿੱਚ ਰੱਖਦੇ ਹਾਂ, ਉਹਦੀ RAM ਕਾਪੀ ਕਰ ਲੈਂਦਾ ਹੈ, ਕਿਉਂਕਿ ਕੰਪਿਊਟਰ ਡਾਟਾ ਨੂੰ ਸਿੱਧੇ ਹੀ ਦੂਜੇ ਦਰਜੇ ਦੀ ਮੈਮੋਰੀ ਵਿੱਚ ਨਹੀਂ ਭੇਜ ਸਕਦਾ। ਇਹ ਕੁਝ ਯੰਤਰ ਹਨ ਜਿਹੜੇ ਦੂਜੇ ਦਰਜੇ ਦੀ ਮੈਮੋਰੀ ਦੇ ਤੌਰ ਤੇ ਸੇਵਾ ਕਰਦੇ ਹਨ, ਪੈਨ ਡਰਾਈਵ, ਹਾਰਡ ਡਿਸਕ ਅਤੇ DVD। ਤੇ ਕੰਪਿਊਟਰ ਕਿਵੇਂ ਮੈਮੋਰੀ ਵਿੱਚ ਡਾਟਾ ਨੂੰ ਰੱਖਦਾ ਹੈ? ਕੰਪਿਊਟਰ ਸਾਰੀਆਂ ਸੂਚਨਾਵਾਂ ਸਿਰਫ ਦੋ ਅੰਕਾਂ ਵਿੱਚ ਰੱਖਦਾ ਹੈ,
ਸਿਫਰ ਅਤੇ 1। ਇੱਕ ਜੋੜਾ ਅੰਕ ਉਹ 1 ਜਾਂ 0 ਬਿੱਟ ਕਹਿੰਦਾ ਹੈ। 8 ਬਿੱਟਾਂ ਦੇ ਗਰੁੱਪ ਨੂੰ ਬਾਈਟ ਕਹਿੰਦੇ ਹਨ। ਇਸ ਟੇਬਲ ਨੂੰ ਵੇਖੋ, ਇਹ ਬਿੱਟ ਤੇ ਬਾਈਟ ਦੇ ਵਿਚਕਾਰ ਦਾ ਸੰਬੰਧ ਵਿਖਾਉਂਦਾ ਹੈ। ਹਾਰਡਵੇਅਰ ਨੂੰ ਕਾਬੂ ਕਰਨ ਲਈ ਅਤੇ ਕੰਮ ਪੂਰਾ ਕਰਨ ਲਈ ਜਿਹੜੇ ਨਿਰਦੇਸ਼ ਵਰਤੇ ਜਾਂਦੇ ਹਨ ਸੋਫਟਵੇਅਰ ਕਹਿੰਦੇ ਹਨ। ਸੋਫਟਵੇਅਰ ਪ੍ਰੋਗਰਾਮ ਵਿੱਚ ਪੌੜੀ ਦਰ ਪੌੜੀ ਨਿਰਦੇਸ਼ਾਂ ਦਾ ਸੈੱਟ ਹੁੰਦਾ ਹੈ, ਜਿਹੜਾ ਕੰਪਿਊਟਰ ਨੂੰ ਦਿਸ਼ਾ ਦਿੰਦਾ ਹੈ ਕਿ ਕੀ ਕਰਨਾ ਹੈ ਤੇ ਕਿਸ ਤਰ੍ਹਾਂ ਕਰਨਾ ਹੈ। ਸੋਫਟਵੇਅਰ 2 ਤਰ੍ਹਾਂ ਦੇ ਹਨ, ਐਪਲੀਕੇਸ਼ਨ ਸੋਫਟਵੇਅਰ ਅਤੇ ਸਿਸਟਮ ਸੋਫਟਵੇਅਰ। ਐਪਲੀਕੇਸ਼ਨ ਸੋਫਟਵੇਅਰ ਇੱਕ ਪ੍ਰੋਗਰਾਮ ਹੈ ਜਿਹੜਾ ਇਸਤੇਮਾਲ ਕਰਨ ਵਾਲੇ ਦੀ ਕੰਪਿਊਟਰ ਉੱਤੇ ਵਿਸ਼ੇਸ਼ ਕੰਮ ਨੂੰ ਕਰਨ ਵਿੱਚ ਮਦਦ ਕਰਦਾ ਹੈ। ਮਾਈਕਰੋਸਾਫਟ ਵਰਡ ਅਤੇ ਓਪਨ ਆਫਿਸ ਡਰਾ ਐਪਲੀਕੇਸ਼ਨ ਸੋਫਟਵੇਅਰ ਦੇ ਉਦਾਹਰਣ ਹਨ। ਜਿਹੜੇ ਪ੍ਰੋਗਰਾਮ ਕੰਪਿਊਟਰ ਹਾਰਡਵੇਅਰ ਨਾਲ ਸਿੱਧੇ ਸੰਬੰਧਿਤ ਹਨ ਸਿਸਟਮ ਸੋਫਟਵੇਅਰ ਕਹਿੰਦੇ ਹਨ। ਕੰਪਿਊਟਰ ਨੂੰ ਚਲਾਉਣ ਲਈ ਤੁਹਾਨੂੰ ਓਪਰੇਟਿੰਗ ਸਿਸਟਮ ਦੀ ਲੋੜ ਹੈ, ਜਿਹੜਾ ਕਿ ਸਿਸਟਮ ਸੋਫਟਵੇਅਰ ਹੈ। ਇਸ ਨੂੰ ਜਾਰੀ ਰੱਖਣ ਤੋਂ ਪਹਿਲਾਂ ਇਸ ਕੰਮ ਵਿੱਚ ਹਿੱਸਾ ਲੈਂਦੇ ਹਾਂ। ਗੀਤਾ, ਇਹ ਸਾਰਾ ਕੁਝ ਤਾਂ ਬੜਾ ਚੰਗਾ ਹੈ। ਮੈਂ ਪਹਿਲਾਂ ਕਦੀ ਕੰਪਿਊਟਰ ਦਾ ਇਸਤੇਮਾਲ ਨਹੀਂ ਕੀਤਾ। ਕੀ ਤੁਸੀਂ ਵਿਖਾ ਸਕਦੇ ਹੋ ਕਿ ਕਿਵੇਂ ਕੰਪਿਊਟਰ ਲਾਈਏ ਤੇ ਫਿਰ ਉਸ ਤੇ ਕਿਵੇਂ ਕੰਮ ਕਰੀਏ? ਜ਼ਰੂਰ ਅੰਕਲ, ਮੈਂ ਤੁਹਾਨੂੰ ਹਰ ਗੱਲ ਸਮਝਾਵਾਂਗੀ। ਪਹਿਲਾਂ ਮੈਂ ਤੁਹਾਨੂੰ ਕੰਪਿਊਟਰ ਦੇ ਵੱਖ ਵੱਖ ਹਿੱਸਿਆਂ ਨਾਲ ਜਾਣੂ ਕਰਾਉਂਦੀ ਹਾਂ। ਇਹ ਮੋਨੀਟਰ ਹੈ, ਇਹ ਟੀਵੀ ਵਾਂਗੂ ਹੈ, ਇਹ ਸਕਰੀਨ ਤੇ ਨਿਰਗਤ ਵਿਖਾਉਣ ਦੇ ਕੰਮ ਆਉਂਦਾ ਹੈ। ਇਹ ਸਿਸਟਮ ਯੂਨਿਟ ਬਾਕਸ ਹੈ, ਇਹਦੇ ਅੰਦਰ ਸੈਂਟਰਲ ਪ੍ਰੋਸੈਸਿੰਗ ਯੂਨਿਟ ਯਾਨੀ CPU ਹੈ। CPU ਕੰਪਿਊਟਰ ਦਾ ਦਿਮਾਗ ਹੈ। ਇਹ ਕੀਬੋਰਡ ਅਤੇ ਮਾਊਸ ਹਨ। ਇਹ ਦੋਵੇਂ ਨਿਵੇਸ਼ ਤਰੀਕੇ ਹਨ ਜਿਨ੍ਹਾਂ ਦੇ ਜ਼ਰੀਏ ਅਸੀਂ ਕੰਪਿਊਟਰ ਵਿੱਚ ਡਾਟਾ ਪ੍ਰਵੇਸ਼ ਕਰਦੇ ਹਾਂ। ਕੰਪਿਊਟਰ ਨੂੰ ਜੋੜਨ ਲਈ ਪਹਿਲਾਂ ਕੰਪਿਊਟਰ ਨੂੰ ਡੈਸਕ ਉੱਤੇ ਰੱਖ ਦਿਓ, ਫਿਰ ਮੋਨੀਟਰ ਤੋਂ ਬਾਅਦ ਸਿਸਟਮ ਯੂਨਿਟ ਸੈੱਟ ਕਰੋ। ਸਿਸਟਮ ਯੂਨਿਟ ਦੇ ਪਿਛਲੇ ਹਿੱਸੇ ਨੂੰ ਵੇਖੋ, ਇੱਥੇ ਵੱਖ ਵੱਖ ਯੰਤਰ ਨੂੰ ਜੋੜਨ ਲਈ ਚਿਰੀਆਂ ਹਨ। ਹੁਣ ਇਹ ਹੈ ਕਿ ਕਿਵੇਂ ਤੁਸੀਂ ਮੋਨੀਟਰ ਨੂੰ ਸਿਸਟਮ ਯੂਨਿਟ ਨਾਲ ਜੋੜ ਸਕਦੇ ਹੋ। ਸਿਸਟਮ ਯੂਨਿਟ ਦਾ ਵੀਡੀਓ ਵਾਲਾ ਹਿੱਸਾ VGA ਪੋਰਟ ਕਹਿੰਦਾ ਹੈ। ਸਿਸਟਮ ਯੂਨਿਟ ਵਿੱਚ VGA ਤਾਰ ਦਾ ਇੱਕ ਹਿੱਸਾ ਵੀਡੀਓ ਪਾਰਟ ਨਾਲ ਜੋੜੋ ਤੇ ਆਖਰੀ ਹਿੱਸਾ ਮੋਨੀਟਰ ਨਾਲ। ਕੀਬੋਰਡ 2 ਤਰ੍ਹਾਂ ਦੇ ਜੋੜਾਂ ਨਾਲ ਆਉਂਦਾ ਹੈ, PS2 ਜੋੜ ਜਾਂ USB ਜੋੜ। ਕੀਬੋਰਡ ਨੂੰ ਸਿਸਟਮ ਯੂਨਿਟ ਨਾਲ ਜੋੜਨ ਲਈ ਸਿਸਟਮ ਯੂਨਿਟ ਵਿੱਚ ਪੋਰਟ ਨਾਲ ਦਿੱਤੇ ਗਏ ਜੋੜ ਦਾ ਪਲੱਗ ਲਾ ਦਿਓ। ਕੰਪਿਊਟਰ ਦਾ ਮਾਊਸ 3 ਵੱਖ ਵੱਖ ਤਰ੍ਹਾਂ ਦੇ ਮਾਡਲ ਜੋੜਾਂ ਨਾਲ ਆਉਂਦਾ ਹੈ, PS2 ਜੋੜ, USB ਜੋੜ ਜਾਂ ਤਾਰਾਵਾਹਕ ਜੋੜ। ਮਾਊਸ ਨੂੰ ਜੋੜਨ ਲਈ ਸਿਸਟਮ ਯੂਨਿਟ ਵਿੱਚ ਸਹੀ ਛੇਕ ਵਿੱਚ ਜਾ ਕੇ ਜੋੜ ਲਾ ਦਿਓ। ਇਸੇ ਤਰ੍ਹਾਂ ਜੇ ਤੁਸੀਂ ਕੰਪਿਊਟਰ ਨਾਲ ਪ੍ਰਿੰਟਰ ਨੂੰ ਜੋੜਨਾ ਚਾਹੁੰਦੇ ਹੋ, ਦਿੱਤਾ ਗਿਆ ਜੋੜ ਛੇਕ ਵਿੱਚ ਲਾ ਦਿਓ, ਜਿਹੜਾ ਕਿ 2 ਤਰ੍ਹਾਂ ਦਾ ਹੋ ਸਕਦਾ ਹੈ, ਸਿਸਟਮ ਯੂਨਿਟ ਦੇ ਨਾਲ ਹੀ ਪੋਰਟ ਜਾਂ ਫਿਰ USB ਪੋਰਟ। ਧੰਨਵਾਦ ਗੀਤਾ। ਹੁਣ ਸਾਨੂੰ ਕੰਪਿਊਟਰ ਨੂੰ ਮੁੱਖ ਬਿਜਲੀ ਦੇ ਬੋਰਡ ਨਾਲ ਕਿਵੇਂ ਜੋੜਨਾ ਚਾਹੀਦਾ? ਸੌਖਾ ਹੈ। ਡੈਸਕਟੌਪ ਕੰਪਿਊਟਰ ਬਿਜਲੀ ਮੁਹੱਈਆ ਕਰਨ ਵਾਲੀਆਂ 2 ਤਾਰਾਂ ਨਾਲ ਆਉਂਦਾ ਹੈ। ਪਹਿਲਾ ਸਿਸਟਮ ਯੂਨਿਟ ਵਿੱਚ ਪਲੱਗ ਨੂੰ ਬਿਜਲੀ ਸਪਲਾਈ ਕਰਨ ਵਾਲਾ ਪਲੱਗ, 1 ਪਾਵਰ ਸਪਲਾਈ ਕੇਬਲ ਅਤੇ ਦੂਜਾ ਮੋਨੀਟਰ ਨੂੰ ਪਾਵਰ ਸਪਲਾਈ ਕਰਨ ਵਾਲਾ ਕੇਬਲ। ਇਸ ਤੋਂ ਬਾਅਦ ਸਵਿਚ ਬੋਰਡ ਵਿੱਚ 1 ਪਲੱਗ ਜਿਹੜਾ ਪਾਵਰ ਪਲੱਗ ਦੀਆਂ ਦੋਵੇਂ ਤਾਰਾਂ ਨੂੰ ਬਿਜਲੀ ਦੇਵੇ ਜਾਂ ਫਿਰ UPS ਦਿੱਤਾ ਜਾਵੇ। ਹੁਣ ਤੁਸੀਂ ਕੰਪਿਊਟਰ ਇਸਤੇਮਾਲ ਕਰ ਸਕਦੇ ਹੋ। ਕੀ ਤੁਸੀਂ ਵਿਖਾ ਸਕਦੇ ਹੋ ਕਿ ਕੰਪਿਊਟਰ ਨੂੰ ਚਾਲੂ ਕਿਵੇਂ ਕਰੀਏ? ਬਿਲਕੁਲ, ਕੰਪਿਊਟਰ ਚਾਲੂ ਕਰਨ ਲਈ ਇਹ ਚੀਜ਼ਾਂ ਕਰੋ। ਪਹਿਲਾਂ ਸਿਸਟਮ ਯੂਨਿਟ ਅਤੇ ਮੋਨੀਟਰ ਨੂੰ ਬਿਜਲੀ ਸਪਲਾਈ ਲਈ ਸਵਿਚ ਚਾਲੂ ਕਰੋ। ਫਿਰ ਸਿਸਟਮ ਯੂਨਿਟ ਦਾ ਪਾਵਰ ਵਾਲਾ ਬਟਨ ਦੱਬੋ।
ਫਿਰ ਮੋਨੀਟਰ ਚਾਲੂ ਕਰਨ ਲਈ ਇਹਦਾ ਪਾਵਰ ਬਟਨ ਦੱਬੋ। ਹੁਣ ਕੁਝ ਘੜੀਆਂ ਉਡੀਕ ਕਰੋ। ਵੇਖੋ, ਮੋਨੀਟਰ ਉੱਤੇ ਡਿਸਪਲੇ ਵਿਖਾਈ ਦੇ ਰਿਹਾ ਹੈ। ਇਹ ਸਹੂਲਤ ਸਕਰੀਨ ਹੈ। ਹੌਲੀ ਹੌਲੀ ਤੁਸੀਂ ਵੇਖ ਸਕਦੇ ਹੋ ਕਿ ਸਾਰੇ ਸੋਫਟਵੇਅਰ ਲੋਡ ਹੋ ਗਏ ਹਨ। ਹੁਣ ਕੰਪਿਊਟਰ ਇਸਤੇਮਾਲ ਕਰਨ ਲਈ ਤਿਆਰ ਹੈ। ਧੰਨਵਾਦ ਗੀਤਾ, ਮੈਂ ਪਹਿਲੀ ਵਾਰੀ ਕੰਪਿਊਟਰ ਵੇਖਿਆ ਤੇ ਹੁਣ ਮੈਂ ਇਸ ਨੂੰ ਚਾਲੂ ਕਰਨਾ ਸਿੱਖ ਗਿਆ ਹਾਂ। ਹਾਂ, ਤੁਹਾਡਾ ਕੰਪਿਊਟਰ ਬਾਰੇ ਦੱਸਣ ਲਈ ਧੰਨਵਾਦ। ਹੁਣ ਕੀ ਤੁਸੀਂ ਮੈਨੂੰ ਮੋਬਾਈਲ ਫੋਨ ਅਤੇ ਟੈਬਲੇਟ ਬਾਰੇ ਦੱਸ ਸਕਦੇ ਹੋ? ਕਿਉਂ ਨਹੀਂ ਰੋਹਨ, ਮੈਂ ਤੁਹਾਨੂੰ ਵਿਖਾਵਾਂਗੀ ਕਿ ਮੋਬਾਈਲ ਫੋਨ ਅਤੇ ਟੈਬਲੇਟ ਕਿਵੇਂ ਚਲਾਈਏ। ਮੈਂ ਵੀ ਇਹਨਾਂ ਚੀਜ਼ਾਂ ਬਾਰੇ ਸਿੱਖਣਾ ਚਾਹੁੰਦਾ। ਠੀਕ ਹੈ, ਅਸੀਂ ਮੋਬਾਈਲ ਫੋਨ ਅਤੇ ਟੈਬਲੇਟ ਦੇ ਵੱਖ ਵੱਖ ਹਿੱਸੇ, ਉਹਨਾਂ ਦਾ ਕੰਮ ਅਤੇ ਅਮਲ ਦੇ ਤਰੀਕੇ ਵੇਖਦੇ ਹਾਂ। ਜਿਵੇਂ ਕਿ ਤੁਸੀਂ ਜਾਣਦੇ ਹੋ, ਮੂਲ ਰੂਪ ਵਿੱਚ ਮੋਬਾਈਲ ਫੋਨ ਇੱਕ ਯੰਤਰ ਹੈ ਜਿਸ ਦੇ ਜ਼ਰੀਏ ਤੁਸੀਂ ਫੋਨ ਕਰ ਸਕਦੇ ਹੋ ਅਤੇ ਬਾਹਰੋਂ ਆਏ ਫੋਨ ਸੁਣ ਸਕਦੇ ਹੋ। ਆਧੁਨਿਕ ਮੋਬਾਈਲ ਫੋਨਾਂ ਵਿੱਚ ਹੋਰ ਕਈ ਖੂਬੀਆਂ ਹਨ, ਜਿਵੇਂ ਵੈਬ ਬਰਾਊਜ਼ਰ, ਖੇਡਾਂ, ਕੈਮਰਾ, ਵੀਡੀਓ ਪਲੇਅਰ ਅਤੇ ਨੈਵੀਗੇਸ਼ਨਲ ਸਿਸਟਮ ਵੀ ਹਨ। ਇਹਨਾਂ ਨੂੰ ਸਮਾਰਟਫੋਨ ਕਹਿੰਦੇ ਹਨ। ਕਈ ਮੋਬਾਈਲ ਫੋਨਾਂ ਵਿੱਚ ਦੋ ਸਿਮ ਕਾਰਡ ਵੀ ਪੈ ਸਕਦੇ ਹਨ। ਇਹ ਡੂਅਲ ਸਿਮ ਫੋਨ ਕਹਾਂਦੇ ਹਨ। ਮੋਬਾਈਲ ਫੋਨ ਦੇ ਵੱਖ ਵੱਖ ਹਿੱਸੇ ਵੇਖੋ। ਗੀਤਾ, ਕੀ ਤੁਸੀਂ ਮੈਨੂੰ ਵਿਖਾ ਸਕਦੇ ਹੋ ਕਿ ਮੋਬਾਈਲ ਫੋਨ ਵਿੱਚ ਸਿਮ ਕਾਰਡ ਤੇ ਬੈਟਰੀ ਕਿਵੇਂ ਪਾਈਏ? ਕਿਉਂ ਨਹੀਂ ਅੰਕਲ, ਇਸ ਤਰ੍ਹਾਂ ਕਰੋ। ਪਹਿਲਾਂ ਫੋਨ ਦਾ ਸਵਿੱਚ ਬੰਦ ਕਰੋ ਅਤੇ ਫਿਰ ਇਹਦਾ ਪਿਛਲਾ ਕਵਰ ਹਟਾ ਦਿਓ। ਇਸ ਤੋਂ ਬਾਅਦ ਜੇ ਫੋਨ ਵਿੱਚ ਬੈਟਰੀ ਹੈ ਤਾਂ ਉਸ ਨੂੰ ਬਾਹਰ ਕੱਢ ਲਓ। ਫਿਰ ਜਿੱਥੇ ਸਿਮ ਦੀ ਥਾਂ ਹੈ ਉੱਥੇ ਸਿਮ ਪਾ ਦਿਓ। ਫਿਰ ਬੈਟਰੀ ਦੁਬਾਰਾ ਵਿੱਚ ਲਾ ਦਿਓ। ਅਖੀਰ ਵਿੱਚ ਪਿਛਲਾ ਕਵਰ ਵੀ ਲਾ ਦਿਓ ਅਤੇ ਫੋਨ ਨੂੰ ਦੁਬਾਰਾ ਸ਼ੁਰੂ ਕਰੋ। ਧੰਨਵਾਦ ਗੀਤਾ, ਮੈਨੂੰ ਫੋਨ ਦੀ ਬੈਟਰੀ ਚਾਰਜ ਕਰਦਿਆਂ ਹੋਇਆਂ ਕਈ ਦਿੱਕਤਾਂ ਆਉਂਦੀਆਂ ਹਨ। ਚਿੰਤਾ ਨਾ ਕਰੋ, ਜਦੋਂ ਤੁਸੀਂ ਬੈਟਰੀ ਚਾਰਜ ਕਰ ਰਹੇ ਹੋਵੋ ਤਾਂ ਇਸ ਤਰ੍ਹਾਂ ਕਰੋ। ਪਹਿਲਾਂ ਚਾਰਜਰ ਦੇ ਪਲੱਗ ਨੂੰ ਸਾਕਟ ਵਿੱਚ ਲਾਓ, ਫਿਰ ਇਸ ਚਾਰਜਰ ਨੂੰ ਫੋਨ ਨਾਲ ਜੋੜੋ। ਕੁਝ ਦੇਰ ਮਗਰੋਂ ਜਦੋਂ ਤੁਹਾਡੇ ਮੋਬਾਈਲ ਉੱਤੇ ਬੈਟਰੀ ਫੁੱਲ ਲਿਖਿਆ ਆਵੇ ਤਾਂ ਚਾਰਜਰ ਨੂੰ ਫੋਨ ਤੋਂ ਹਟਾ ਦਿਓ ਅਤੇ ਫਿਰ ਸਾਕਟ ਵਿੱਚੋਂ ਵੀ ਪਲੱਗ ਨੂੰ ਹਟਾ ਦਿਓ। ਮੈਨੂੰ ਇਹ ਵੀ ਵਿਖਾਓ ਕਿ ਮੋਬਾਈਲ ਫੋਨ ਨੂੰ ਕਿਹੜੀਆਂ ਕੀਜ਼ ਨਾਲ ਬੰਦ ਤੇ ਖੁੱਲ੍ਹਾ ਰੱਖੀਦਾ ਹੈ। ਸਾਨੂੰ ਬਟਨਾਂ ਨੂੰ ਲੌਕ ਕਿਉਂ ਕਰਨਾ ਚਾਹੀਦਾ? ਅੰਕਲ, ਜਦੋਂ ਤੁਸੀਂ ਲੰਮੇ ਸਮੇਂ ਤਾਈਂ ਫੋਨ ਨਹੀਂ ਵਰਤਣਾ ਹੈ ਤਾਂ ਚੰਗਾ ਇਹੀ ਹੁੰਦਾ ਹੈ ਕਿ ਫੋਨ ਨੂੰ ਕੀਜ਼ ਨਾਲ ਬੰਦ ਕਰ ਦਿੱਤਾ ਜਾਵੇ। ਇਸ ਤਰ੍ਹਾਂ ਕਰੋ, ਕੀਜ਼ ਨਾਲ ਤਾਲਾ ਲਾਉਣ ਲਈ ਮੈਨਿਊ ਵਿੱਚ ਜਾਓ ਅਤੇ ਤਾਰੇ ਵਾਲੀ ਕੀ ਨੂੰ ਦੱਬੋ। ਹੁਣ ਇਹ ਲੌਕ ਕਿਵੇਂ ਖੁੱਲੇਗਾ? ਖੋਲਣ ਲਈ ਅਨਲੌਕ ਬਟਨ ਨੂੰ ਹਲਕਾ ਜਿਹਾ ਦੱਬੋ ਅਤੇ ਫਿਰ ਤਾਰੇ ਵਾਲੀ ਕੀ ਨੂੰ ਦੱਬੋ। ਮੇਰੇ ਕੋਲ ਨਵਾਂ ਮੋਬਾਈਲ ਫੋਨ ਹੈ, ਹੁਣ ਮੈਨੂੰ ਇਹ ਵੀ ਨਹੀਂ ਪਤਾ ਕਿ ਇਸ ਵਿੱਚ ਖੂਬੀਆਂ ਕੀ ਕੀ ਹਨ। ਤੁਸੀਂ ਇਹ ਸਾਰੀਆਂ ਖੂਬੀਆਂ ਇਸ ਤਰ੍ਹਾਂ ਵੇਖ ਸਕਦੇ ਹੋ। ਪਹਿਲਾਂ ਮੈਨਿਊ ਬਟਨ ਨੂੰ ਦੱਬੋ ਜਾਂ ਛੋਹੋ। ਫੋਨ ਵਿੱਚ ਜਿੰਨੀਆਂ ਖੂਬੀਆਂ ਹੋਣਗੀਆਂ ਉਹ ਸਾਰੀਆਂ ਸਕਰੀਨ ਉੱਤੇ ਆ ਜਾਣਗੀਆਂ। ਫਿਰ ਪਿਛਲੀ ਚੀਜ਼ ਵੇਖਣ ਲਈ ਬੈਕ ਬਟਨ ਨੂੰ ਦੱਬੋ ਜਾਂ ਛੋਹੋ। ਹੋਮ ਸਕਰੀਨ ਉੱਤੇ ਵਾਪਸ ਜਾਣ ਲਈ ਫੋਨ ਉੱਤੇ ਹੋਮ ਦਾ ਬਟਨ ਜਾਂ ਆਈਕੋਨ ਦੱਬੋ। ਮੁੱਢਲੇ ਫੋਨ ਜਾਂ ਟੱਚ ਸਕਰੀਨ ਫੋਨ ਦੀ ਰਿੰਗ ਟੋਨ ਬਦਲਣੀ ਹੋਵੇ ਤਾਂ ਇਸ ਤਰ੍ਹਾਂ ਕਰੋ। ਮੁੱਢਲੇ ਫੋਨ ਲਈ ਪਹਿਲਾਂ ਮੈਨਿਊ ਚੁਣੋ ਅਤੇ ਫਿਰ ਸੈਟਿੰਗਸ, ਫਿਰ ਟੋਨਸ ਚੁਣੋ ਅਤੇ ਰਿੰਗ ਟੋਨ ਲਈ ਪਹੀਆ ਸਕਰੋਲ ਘੁਮਾਓ। ਫਿਰ ਗੈਲਰੀ ਖੋਲਣ ਲਈ ਪਹੀਆ ਘੁਮਾਓ। ਰਿੰਗ ਟੋਨਸ ਦੀ ਇੱਕ ਸੂਚੀ ਤੁਹਾਨੂੰ ਦਿਸੇਗੀ। ਤੁਸੀਂ ਆਪਣੇ ਮਨ ਪਾਉਂਦੀ ਰਿੰਗ ਟੋਨ ਚੁਣੋ ਅਤੇ ਉਸ ਉੱਤੇ ਕਲਿੱਕ ਕਰ ਦਿਓ। ਟੱਚ ਸਕਰੀਨ ਫੋਨ ਵਿੱਚ ਪਹਿਲਾਂ ਹੋਮ ਕੀ ਨੂੰ ਛੋਹੋ ਤੇ ਫਿਰ ਮੈਨਿਊ ਕੀ, ਫਿਰ ਆਪਣੀਆਂ ਕੀਜ਼ ਤੇ ਫਿਰ ਸੈਟਿੰਗਸ। ਪ੍ਰੋਫਾਈਲ ਸੈਟਿੰਗਸ ਨੂੰ ਛੋਹੋ, ਫਿਰ ਰਿੰਗ ਟੋਨ ਨੂੰ ਛੋਹੋ ਜਾਂ ਸੂਚਨਾ ਰਿੰਗ ਟੋਨ ਨੂੰ, ਫਿਰ ਸਾਰੀ ਰਿੰਗ ਟੋਨ ਸੂਚੀ ਨੂੰ ਪਹੀਏ ਨਾਲ ਉੱਤੇ ਥੱਲੇ ਕਰੋ ਅਤੇ ਜਿਹੜੀ ਰਿੰਗ ਟੋਨ ਚਾਹੀਦੀ ਹੈ ਚੁਣੋ, ਫਿਰ
ਓਕੇ ਨੂੰ ਛੋਹੋ। ਮੈਂ ਫੋਨ ਉੱਤੇ ਅਲਾਰਮ ਲਾਉਣਾ ਚਾਹੁੰਦਾ ਹਾਂ। ਕੀ ਤੁਸੀਂ ਸਵੇਰੇ ਜਲਦੀ ਉੱਠਣ ਲਈ ਅਲਾਰਮ ਲਾਉਣ ਵਿੱਚ ਮੇਰੀ ਮਦਦ ਕਰ ਸਕਦੇ ਹੋ? ਇਹਨਾਂ ਚੀਜ਼ਾਂ ਨੂੰ ਧਿਆਨ ਵਿੱਚ ਰੱਖ ਕੇ ਤੁਸੀਂ ਅਲਾਰਮ ਆਪੇ ਲਾ ਸਕਦੇ ਹੋ। ਮੁੱਢਲੇ ਫੋਨ ਵਿੱਚ ਪਹਿਲਾਂ ਮੈਨਿਊ ਵਿੱਚ ਜਾਓ, ਫਿਰ ਐਪਲੀਕੇਸ਼ਨਸ ਉੱਤੇ, ਫਿਰ ਅਲਾਰਮ ਕਲੌਕ, ਫਿਰ ਅਲਾਰਮ ਕਲੌਕ ਦਾ ਸਮਾਂ ਸੈੱਟ ਕਰੋ, ਫਿਰ ਸੇਵ ਚੁਣੋ। ਜੇ ਤੁਸੀਂ ਅਲਾਰਮ ਨੂੰ ਦੁਬਾਰਾ ਵਜਾਉਣਾ ਚਾਹੁੰਦੇ ਹੋ ਤਾਂ ਵਿਕਲਪ ਚੁਣੋ ਰਿਪੀਟ ਡੇਜ਼ ਅਤੇ ਫਿਰ ਦਿਨ ਚੁਣੋ, ਫਿਰ ਡਨ ਚੁਣੋ। ਟੱਚ ਸਕਰੀਨ ਫੋਨ ਤੇ ਇਸ ਤਰ੍ਹਾਂ ਕਰੋ। ਪਹਿਲਾਂ ਮੈਨਿਊ ਛੋਹੋ, ਫਿਰ ਕਲੌਕ ਛੋਹੋ, ਫਿਰ ਅਲਾਰਮ ਛੋਹੋ, ਫਿਰ ਅਲਾਰਮ ਦਾ ਸਮਾਂ ਸੈੱਟ ਕਰੋ, ਫਿਰ ਸੇਵ ਛੋਹੋ। ਦੀਦੀ, ਹੁਣ ਤੁਸੀਂ ਸਾਨੂੰ ਟੈਬਲੇਟਸ ਬਾਰੇ ਦੱਸ ਸਕਦੇ ਹੋ? ਹਾਂ, ਕਿਉਂ ਨਹੀਂ, ਮੈਂ ਹੁਣੇ ਇਸੇ ਉੱਤੇ ਆਉਣ ਲੱਗੀ ਹਾਂ। ਟੈਬਲੇਟ ਇੱਕ ਕੰਪੈਕਟ ਯੰਤਰ ਹੈ। ਇਹ ਸਮਾਰਟਫੋਨ, ਲੈਪਟਾਪ ਜਾਂ ਕੰਪਿਊਟਰ ਵਾਂਗੂ ਹੈ। ਅੱਜ ਕੱਲ ਟੈਬਲੇਟਸ ਲੋਕਾਂ ਦੇ ਮਨਾਂ ਨੂੰ ਬਹੁਤ ਭਾ ਰਹੇ ਹਨ, ਕਿਉਂਕਿ ਇਹ ਇਸਤੇਮਾਲ ਵਿੱਚ ਸੌਖੇ ਹਨ, ਖੂਬੀਆਂ ਬਹੁਤ ਹਨ ਅਤੇ ਆਰਾਮ ਨਾਲ ਕਿਤੇ ਵੀ ਚੁੱਕ ਕੇ ਲਿਜਾਏ ਜਾ ਸਕਦੇ ਹਨ। ਇਹ ਇੰਟਰਨੈਟ ਚਲਾਉਣ ਲਈ, ਈਮੇਲ ਵੇਖਣ ਲਈ, ਕਿਤਾਬਾਂ ਨੂੰ ਡਾਊਨਲੋਡ ਕਰਕੇ ਪੜ੍ਹਨ ਲਈ, ਖੇਡਾਂ ਖੇਡਣ, ਵੀਡੀਓ ਵੇਖਣ ਜਾਂ ਕੁਝ ਹੋਰ ਪ੍ਰਬੰਧ ਕਰਨ ਲਈ ਇਸਤੇਮਾਲ ਕਰਦੇ ਹਨ। ਟੈਬਲੇਟ ਕਈ ਤਰ੍ਹਾਂ ਦੇ ਹਨ। ਇਹਨਾਂ ਵਿੱਚੋਂ ਕੁਝ ਇਹ ਹਨ। ਬੁੱਕਲੇਟ ਟੈਬਲੇਟ ਪੀਸੀ ਦਾ ਸਭ ਤੋਂ ਸਾਦਾ ਰੂਪ ਹੈ। ਇਹ ਕਿਤਾਬ ਵਾਂਗੂ ਦਿਸਦਾ ਹੈ। ਇਸ ਤਰੀਕੇ ਵਿੱਚ ਦੋਵੇਂ ਪਾਸੇ ਡਿਸਪਲੇ ਹੁੰਦਾ ਹੈ ਅਤੇ ਦੋਵੇਂ ਸਕਰੀਨਾਂ ਉੱਤੇ ਸਾਰਾ ਕੁਝ ਛੋ ਟੱਚ ਨਾਲ ਹੁੰਦਾ ਹੈ। ਇਸ ਯੰਤਰ ਵਿੱਚ ਹੱਥ ਨਾਲ ਲਿਖਣ ਵਾਲਾ ਸੋਫਟਵੇਅਰ ਦਿੱਤਾ ਗਿਆ ਹੈ, ਜਿਸ ਵਿੱਚ ਤੁਸੀਂ ਸਕਰੀਨ ਉੱਤੇ ਇਸ ਤਰ੍ਹਾਂ ਲਿਖ ਸਕਦੇ ਹੋ ਜਿਵੇਂ ਕਾਗਜ਼ ਉੱਤੇ ਲਿਖ ਰਹੇ ਹੋਵੋ। ਸਲੇਟ ਬੜਾ ਹੀ ਆਮ ਅਤੇ ਸੌਖੇ ਢੋਣ ਵਾਲਾ ਟੈਬਲੇਟ ਪੀਸੀ ਹੈ। ਇਹ ਆਮ ਤੌਰ ਤੇ ਮਨੋਰੰਜਨ ਹੱਬ ਵਾਂਗੂ ਵਰਤਦੇ ਹਨ, ਜਿਵੇਂ ਇਸ ਵਿੱਚ ਫਿਲਮਾਂ ਵੇਖਣਾ, ਵੈਬ ਦੇ ਜ਼ਰੀਏ ਬਰਾਊਜ਼, ਵੀਡੀਓ ਵੇਖਣਾ ਤੇ ਵੀਡੀਓ ਕਾਲਸ ਕਰਨਾ ਅਤੇ ਮਿੱਤਰਾਂ ਨਾਲ ਗੱਲਾਂ ਕਰਨੀਆਂ। ਕਨਵਰਟੇਬਲ ਟੈਬਲੇਟ ਪਰੰਪਰਾਗਤ ਲੈਪਟਾਪ ਵਾਂਗੂ ਦਿਸਦੀਆਂ ਹਨ। ਸਿਰਫ ਵੱਡਾ ਫਰਕ ਇਹ ਹੈ ਕਿ ਇਹ ਅਜਿਹੀ ਟੱਚ ਸਕਰੀਨ ਪਲੇ ਨਾਲ ਵਿਖਾਉਂਦੀਆਂ ਹਨ ਜਿਸ ਨੂੰ 180 ਡਿਗਰੀ ਉੱਤੇ ਘੁਮਾਇਆ ਜਾ ਸਕਦਾ ਹੈ। ਹਾਈਬ੍ਰਿਡ ਟੈਬਲੇਟ ਵਿੱਚ ਸਲੇਟ ਅਤੇ ਕਨਵਰਟੇਬਲ ਟੈਬਲੇਟ ਨਾਲੋਂ ਚੰਗੀਆਂ ਖੂਬੀਆਂ ਹਨ। ਹਾਈਬ੍ਰਿਡ ਟੈਬਲੇਟ ਨਾਲ ਕੀਬੋਰਡ ਜੁੜਿਆ ਹੁੰਦਾ ਹੈ। ਇਹਨੂੰ ਸਲੇਟ ਟੈਬਲੇਟ ਨਾਲ ਦਿੱਤੇ ਗਏ ਸਲੋਟ ਦੇ ਮੁਤਾਬਕ ਜੋੜਿਆ ਜਾ ਸਕਦਾ ਹੈ। ਇਸ ਦੇ ਜ਼ਰੀਏ ਟੈਬਲੇਟ ਨੂੰ ਕਨਵਰਟੇਬਲ ਟੇਬਲ ਪੀਸੀ ਵਿੱਚ ਬਦਲਿਆ ਜਾ ਸਕਦਾ ਹੈ। ਰਗਡ ਟੈਬਲੇਟ ਉਹਨਾਂ ਲਈ ਵਧੀਆ ਹੈ ਜਿਨ੍ਹਾਂ ਨੂੰ ਬੜੀਆਂ ਔਖੀਆਂ ਹਾਲਤ ਵਿੱਚ ਕੰਮ ਕਰਨਾ ਪੈਂਦਾ ਹੈ। ਇਹ ਲੰਮੇ ਸਮੇਂ ਤੱਕ ਚੱਲਣ ਵਾਲੀ ਟੈਬਲੇਟ ਹੈ। ਇਸ ਦਾ ਅੰਦਰੂਨੀ ਹਿੱਸਾ ਸਖ਼ਤ ਅਤੇ ਸ਼ੌਕ ਪ੍ਰੂਫ ਹੈ ਅਤੇ ਇਸ ਉੱਤੇ ਇੱਕ ਰੱਖਿਅਕ ਪਰਤ ਚੜੀ ਹੁੰਦੀ ਹੈ। ਤੁਹਾਨੂੰ ਦਿਮਾਗ ਵਿੱਚ ਇਹ ਵੀ ਰੱਖਣਾ ਜ਼ਰੂਰੀ ਹੈ ਕਿ ਪਹਿਲੀ ਵਾਰੀ ਟੈਬਲੇਟ ਇਸਤੇਮਾਲ ਕਰਦੇ ਹੋਏ ਤੁਸੀਂ ਇਸਤੇਮਾਲ ਕਰਨ ਤੋਂ ਪਹਿਲਾਂ ਇਸ ਦੀ ਬੈਟਰੀ 6 ਤੋਂ 8 ਘੰਟਿਆਂ ਤਾਈਂ ਚਾਰਜ ਕਰੋ ਜਾਂ ਫਿਰ ਜਦੋਂ ਤਾਈਂ ਬੈਟਰੀ ਪੂਰੀ ਤਰ੍ਹਾਂ ਚਾਰਜ ਨਹੀਂ ਹੋ ਜਾਂਦੀ। ਸਾਨੂੰ ਬੈਟਰੀ ਕਿਵੇਂ ਚਾਰਜ ਕਰਨੀ ਚਾਹੀਦੀ ਹੈ? ਤੁਸੀਂ ਇਸ ਤਰ੍ਹਾਂ ਕਰੋ। ਪਹਿਲਾਂ ਕਿਸੇ ਚੰਗੇ ਪੱਧਰ ਦੇ ਏਸੀ ਪਾਵਰ ਸਾਕਟ ਵਿੱਚ ਪਲੱਗ ਲਾਓ ਅਤੇ ਫਿਰ ਚਾਰਜਿੰਗ ਹੈੱਡ ਵਿੱਚ ਇਸ ਦੀ ਤਾਰ ਪਾ ਦਿਓ। ਯੰਤਰ ਆਪਣੇ ਆਪ ਚਾਰਜ ਹੋਣਾ ਸ਼ੁਰੂ ਹੋ ਜਾਏਗਾ। ਯੰਤਰ ਪੂਰਾ ਚਾਰਜ ਹੋ ਜਾਵੇ ਤਾਂ ਚਾਰਜਿੰਗ ਹੈੱਡ ਤੋਂ ਤਾਰ ਹਟਾ ਦਿਓ। ਯੰਤਰ ਵਿੱਚ ਪਾਵਰ ਬਚਾਉਣ ਲਈ ਤੁਸੀਂ ਸਕਰੀਨ ਨੂੰ ਖਿਸਕਾ ਕੇ ਠਾਂ ਕਰੋ ਅਤੇ ਪਾਵਰ ਸੇਵ ਦਾ ਬਟਨ ਦਬਾ ਦਿਓ, ਜਿਹੜਾ ਸਕਰੀਨ ਨੂੰ ਲੌਕ ਸਕਰੀਨ ਮੋਡ ਉੱਤੇ ਲੈ ਆਵੇਗਾ। ਯੰਤਰ ਨੂੰ ਦੁਬਾਰਾ ਸ਼ੁਰੂ ਕਰਨ ਲਈ ਇਸੇ ਪ੍ਰਕਿਰਿਆ ਨੂੰ ਮੁੜ ਕਰੋ। ਯੰਤਰ ਨੂੰ ਟਰਨ ਆਫ ਯਾਨੀ ਬੰਦ ਕਿਵੇਂ ਕਰੀਏ? ਤੁਸੀਂ ਯੰਤਰ ਬੰਦ ਕਰਨਾ ਚਾਹੁੰਦੇ ਹੋ ਤਾਂ ਇਸ ਤਰ੍ਹਾਂ ਕਰੋ। ਪਹਿਲਾਂ ਦਬੋ ਅਤੇ ਫਿਰ ਪਾਵਰ ਬਟਨ ਨੂੰ ਕੁਝ ਸਕਿੰਟਾਂ ਲਈ ਦਬ ਕੇ ਰੱਖੋ। ਫਿਰ ਤੁਹਾਨੂੰ ਇੱਕ ਮੈਨਿਊ ਦਿਸੇਗਾ ਕਿ ਤੁਸੀਂ ਨਿਸ਼ਚਿਤ ਤੌਰ ਤੇ ਪਾਵਰ ਆਫ ਕਰਨਾ ਚਾਹੁੰਦੇ ਹੋ। ਟੈਬਲੇਟ ਦਾ ਹੋਮ ਸਕਰੀਨ ਟੈਬਲੇਟ ਨੂੰ ਸ਼ੁਰੂ ਕਰਨ ਦਾ ਪੁਆਇੰਟ ਏ, ਜਿਸ ਨਾਲ ਅਰਜ਼ੀਆਂ
ਕਾਰਜ ਅਤੇ ਮੈਨਿਊ ਖੁੱਲਣਗੇ। ਤੁਸੀਂ ਆਪਣੀ ਸਕਰੀਨਾਂ ਦੇ ਉੱਤੇ ਹੀ ਅਰਜ਼ੀਆਂ ਦੇ ਆਈਕੋਨ, ਸ਼ਾਰਟਕਟਸ, ਫੋਲਡਰਸ ਜਾਂ ਵਿਜ਼ਟਸ ਪਾ ਸਕਦੇ ਹੋ। ਹੋਰ ਚੀਜ਼ਾਂ ਨੂੰ ਵੇਖਣ ਲਈ ਸਕਰੀਨ ਨੂੰ ਖੱਬੇ ਜਾਂ ਸੱਜੇ ਖਿਸਕਾਓ। ਅਤੇ ਹੁਣ ਤੁਸੀਂ ਸਿੱਖਿਆ ਕਿ ਕੰਪਿਊਟਰ, ਮੋਬਾਈਲ ਫੋਨ ਅਤੇ ਟੈਬਲੇਟ ਕਿਵੇਂ ਵਰਤੀਏ। ਹੁਣ ਗਤੀਵਿਧੀ ਵਿੱਚ ਹਿੱਸਾ ਲੈਂਦੇ ਹਾਂ।